ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ। ਵਾਹਿਗੁਰੂ। ਠੀਕ ਠਾਕ ਹੋਵੋਗੇ ਬਾਈ ਜੀ ਸਾਰੇ ਜਣੇ? ਤੁਸੀਂ ਉਮੀਦ ਕਰਦੇ ਆ, ਇਹ ਕਹਿੰਦੇ ਹੁੰਦੇ ਆ ਨਾ ਸਟਾਰਟ ਕਰਨ ਲੱਗੇ ਵਲੌਗ, ਵਲੌਗਰ ਹੁੰਦੇ ਆ ਜਿਹੜੇ ਵਲੌਗਰ। ਅਤੇ ਠੰਡ ਬਹੁਤ ਆ ਬਾਈ ਜੀ, ਸੱਚ ਜਿਹੜੀ ਗੱਲ ਆ, ਮੇਨ ਜਿਹੜੀ ਗੱਲ ਆ, ਧੁੱਪ ਤੋਂ ਆਹ ਧੋਖਾ ਨਾ ਖਾ ਜਾਓ ਵੀ ਧੁੱਪ ਆ, ਠੰਡ ਬਹੁਤ ਆ। ਠੰਡ ਹੈਗੀ ਆ ਜਿਹੜੀ -20 ਬਾਈ ਜੀ, ਬੁਰੇ ਹੀ ਹਾਲ ਕਰਾਏ ਪਏ ਆ। ਅਤੇ ਆਪਾਂ ਅੱਜ ਜਾ ਰਹੇ ਹਾਂ ਲੋਡ ਲੈ ਕੇ ਬਾਈ ਜੀ USA ਨੂੰ। ਮੈਂ ਕਿਹਾ ਚੱਲ ਵਲੌਗ ਬਣਾ ਲਈਏ, ਵਾਹਵਾ ਚਿਰ ਹੋ ਗਿਆ ਵਲੌਗ ਬਣਾਏ ਨੂੰ। ਅਤੇ ਲੱਕੜ ਦਾ ਲੋਡ ਆ ਬਾਈ ਜੀ, ਲੰਬਰ ਆਪਣੇ ਕੋਲ ਜਿਹੜੀ, ਜਿਵੇਂ ਅੱਗੇ ਵੀ ਲੰਬਰ ਹੀ ਹੁੰਦੀ ਇੱਧਰੋਂ ਉੱਧਰ ਨੂੰ ਜਦੋਂ ਆਪਾਂ ਜਾਂਦੇ US ਨੂੰ, ਅਤੇ ਲੰਬਰ ਲੈ ਕੇ ਚੱਲਦੇ ਹਾਂ। ਅਤੇ ਦੇਖਦੇ ਹਾਂ ਹੁਣ ਚੱਲ ਕੇ ਟਰੱਕ ਸਟਾਰਟ ਹੋ ਜਾਣ ਤਾਂ। ਚਲੋ ਬਾਈ ਜੀ, ਆਪਾਂ ਹੁਣ ਤੁਹਾਨੂੰ ਯਾਰਡ ਦੇ ਵਿੱਚ ਚੱਲ ਕੇ ਮਿਲਦੇ ਹਾਂ, ਦੇਖਦੇ ਹਾਂ ਕੀ ਬਣਦਾ ਉੱਥੇ। ਰੋਟੀ ਚੱਕਣੀ ਆ ਸੱਚ, ਰੋਟੀ ਦਾ ਫੋਨ ਕਰ ਦਈਏ ਪਹਿਲਾਂ ਬਾਈ ਨੂੰ, ਰੋਟੀ ਰੈਡੀ ਕਰ ਦੂਗਾ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਰੋਟੀ ਦਾ ਕਰਨਾ ਸੀ ਆਰਡਰ, 20 ਰੋਟੀਆਂ ਕਰ ਦਿਓ। ਹਾਂਜੀ ਹਾਂਜੀ। ਸਬਜ਼ੀ ਕਿਹੜੀ ਕਿਹੜੀ ਆ? ਹਾਂਜੀ, ਅੱਜ ਸਾਡੇ ਕੋਲ ਮਲਾਈ ਕੋਫਤਾ ਹੈਗਾ, ਆਲੂ ਮਟਰ ਹੈਗੇ ਨੇ, ਦਾਲ ਮੱਖਣੀ ਹੈਗੀ ਹੈ, ਤੋੜੀਆਂ ਹੈਗੀਆਂ ਨੇ, ਪਿੰਡੀ ਭੁਰਜੀ ਹੈਗੀ ਹੈ, ਪਿੰਡੀ ਹੈਗੀ ਹੈ, ਅਤੇ ਮਿਕਸ ਵੈੱਜ ਹੈਗੀ ਹੈ, ਰਾਜਮਾਂਹ ਹੈਗੀਆਂ ਨੇ, ਹੋਰ ਆਪਣਾ ਕੜਾਹੀ ਪਨੀਰ ਵੀ ਹੈਗਾ, ਕੜੀ ਵੀ ਹੈਗੀ ਹੈ, ਗੱਜ ਮਟਰ ਪਨੀਰ ਹੈ, ਅਤੇ ਆਲੂ ਗਾਜਰ। ਓਕੇ, ਇੱਕ ਹੀ ਕਰ ਦਿਓ ਕੜਾਹੀ ਪਨੀਰ, ਇੱਕ ਤੋਰੀਆਂ, ਇੱਕ ਮਿਕਸ ਵੈੱਜ। ਹਾਂਜੀ ਹਾਂਜੀ। ਇੱਕ ਨਾਮ ਵਾਲੇ ਸੀ, ਮੈਨੂੰ ਭੁੱਲ ਗਿਆ, ਇੱਕ ਭਿੰਡੀਆਂ ਕਰ ਦੇ ਮਲਾਈ। ਓਕੇ ਠੀਕ ਹੈ, ਮੈਂ ਬਾ ਗਿਆ 5 ਮਿੰਟ। ਹਾਂਜੀ, ਕੜਾਈ, ਤੋਰੀਆਂ, ਮਿਕਸ ਵੈਜ ਤੇ ਭਿੰਡੀ। ਹਾਂਜੀ, ਭਿੰਡੀ ਤੇ ਮੈਂ ਵੀ ਰੋਟੀ, ਹੋਰ ਕੋਈ ਹੈਗਾ ਜੀ? ਮੈਂ ਭਿੰਡੀ ਮੈਨੂੰ ਯਾਦ ਨਹੀਂ ਆਇਆ ਕੋਈ ਹੈਗਾ। ਠੀਕ ਹੈ, ਆਲੂ ਗਾਜਰ ਹੈ ਗਿਆ, ਗਾਜਰ ਮਟਰ ਪਨੀਰ ਹੈ ਗਿਆ, ਆਲੂ ਮਟਰ ਵੀ ਹੈ ਗਿਆ, ਤੇ ਰਾਜਮਾ ਹੈ ਗਿਆ, ਹੋਰ ਆਪਣਾ ਪਨੀਰ ਹੈ ਗਿਆ, ਆਲੂ ਗਾਜਰਾਂ ਕਰ ਦੇ। ਠੀਕ ਹੈ ਠੀਕ ਹੈ ਜੀ। ਓਕੇ ਜੀ, ਓਕੇ ਜੀ, ਥੈਂਕ ਯੂ ਥੈਂਕ ਯੂ। ਨਾ ਹੀ ਬਾਹਲੇ ਗਣਾ ਤੇ ਆਉਂਦਾ, ਚੇਤਾ ਹੀ ਨਹੀਂ ਰਿਹਾ ਕਿਹੜੀ ਕਿਹੜੀ ਕਹਿਣੀ ਆ। ਚਲੋ, ਰੋਟੀ ਦਾ ਵੀ ਆਰਡਰ ਹੋ ਗਿਆ। ਆਪਾਂ ਬਾਈ ਜੀ ਹੁਣ ਪਹਿਲਾਂ ਰੋਟੀ ਚੱਕਣ ਤੋਂ ਨਾ ਪਹਿਲਾਂ ਟਰੱਕ ਸਟਾਰਟ ਕਰਨਾ, ਕਿਉਂਕਿ ਫਿਰ ਆਪਣਾ ਕੀ ਹੋਊਗਾ ਵੀ ਜਿੰਨਾ ਟਾਈਮ 'ਚ ਆਪਾਂ ਰੋਟੀ ਚੱਕਣੀ ਆ ਉਨੇ ਟਾਈਮ ਦੇ ਵਿੱਚ ਵਿੱਚ ਟਰੱਕ ਆਪਣਾ ਗਰਮ ਹੋ ਜੂਗਾ, ਅਤੇ ਫਿਰ ਆਪਾਂ ਨੂੰ ਬਾਹਲਾ ਟਾਈਮ ਵੇਟ ਨਹੀਂ ਕਰਨੀ ਪੈਣੀ, ਕਿਉਂਕਿ ਮੈਂ ਟਰੱਕ 'ਚ ਥੋੜ੍ਹੀ ਜਿਹੀ ਸਫਾਈ ਵੀ ਕਰਨੀ ਆ। ਮਤਲਬ ਮੈਂ ਮੈਟ ਮੂਟ ਆਹਦੇ ਹਾਲ ਲੈ ਗਿਆ ਸੀਗਾ, ਕੱਢ ਕੇ ਧੋਣ ਵਾਲੇ ਸੀਗੇ, ਧੋ ਕੇ ਲਿਆਉਂਦੇ ਆ ਇਹ, ਵਿਛਾਉਣੇ ਆ ਮਾੜੀ ਜਿਹੀ ਥੱਲੇ ਹਵਾ ਹੁਵਾ ਮਾਰ ਕੇ ਨਾ, ਅਤੇ ਉਹਨੇ ਟਾਈਮ 'ਚ ਟਰੱਕ ਆਪਣਾ ਗਰਮ ਹੋ ਜੂਗਾ, ਮੇਰੇ ਕਹਿਣ ਦਾ ਮਤਲਬ ਇਹ ਆ। ਅਤੇ ਬਾਕੀ ਚੱਲਦਾ, ਉਹ ਦੇਖੋ ਬੱਸ ਧੂੰਆਂ ਪੈ ਮਾਰਦੀ ਜਿਵੇਂ ਰੇਲ ਆਉਂਦੀ ਹੁੰਦੀ ਆ, ਉਹਨੇ ਰੇਸ ਤੋਂ ਪੈਰ ਹੀ ਚੱਕ ਲਿਆ। ਜਦੋਂ ਰੇਸ ਦਿੰਦਾ ਸੀ ਨਾ ਐਂ ਸੀਗਾ ਜਿਵੇਂ ਓਏ ਹੋਏ। ਵੈਸੇ ਰੋਡ ਸਾਫ਼ ਪਏ ਆ ਬਾਈ ਜੀ, ਵਿਨੀ ਪੈਗ ਆਹ ਦੇਖੋ, ਰੋਡ ਤਾਂ ਵਿਹਲੇ ਹੀ ਪਏ ਆ, ਮਤਲਬ ਰੋਡਾਂ ਦੇ ਸਨੋਹ ਹੈ ਨਹੀਂ, ਪਰ ਜਿਹੜੀ ਪਾਸਿਆਂ 'ਤੇ ਪਈ ਆ ਇਹ ਖੁਰ ਨਹੀਂ ਰਹੀ, ਖੁਰੂਗੀ ਤਾਂ ਜੇ ਟੈਂਪਰੇਚਰ ਪਲੱਸ 'ਚ ਜਾਊਗਾ, ਪਲੱਸ 'ਚ ਵੀ ਐਂ ਨਹੀਂ ਵੀ 1-2 ਹੋ ਗਿਆ ਤਾਂ ਖੁਰ ਜਾਂਦੀ ਆ, ਵੀ ਵਾਹਵਾ ਪਲੱਸ 'ਚ ਜਾਵੇ, 10-10 ਰਹੇ, ਥੋੜ੍ਹਾ ਜਿਹਾ ਟਾਈਮ ਵਾਹਵਾ ਟਾਈਮ ਹੀ ਰਹੇ, ਮਤਲਬ 1 ਦਿਹਾੜੀ ਜੇ ਇੰਨਾ ਕੁ ਟੈਂਪਰੇਚਰ ਰਹਿ ਗਿਆ 5-10 ਕਿਨ ਫਿਰ ਖੁਰ ਜੂਗੀ, ਪਰ ਇੰਨਾ ਹੋਣਾ ਨਹੀਂ ਹੁਣ। ਅਤੇ ਚਲੋ ਬਾਈ, ਆਪਾਂ ਤੁਹਾਨੂੰ ਯਾਰਡ 'ਚ ਚੱਲ ਕੇ ਮਿਲਦੇ ਹਾਂ, ਦੇਖਦੇ ਹਾਂ ਉੱਥੇ ਕੀ ਮਾਹੌਲ ਆ। ਲਓ ਵੀ ਬਾਈ ਜੀ, ਆ ਗਏ ਹਾਂ ਟਰੱਕ ਕੋਲ, ਦੇਖਦੇ ਹਾਂ ਹੁਣ ਇਹ ਕੀ ਕਹਿੰਦਾ। ਜਿਹੜੇ ਹਿਸਾਬ ਨਾਲ ਠੰਡ ਆ, ਤੰਗ ਕਰ ਵੀ ਸਕਦਾ, ਪਰ ਮੈਂ ਰਾਤ ਨਾ ਤੁਹਾਨੂੰ ਦਿਖਾਉਣਾ ਇੱਕ ਚੀਜ਼। ਵੈਸੇ ਤਾਂ ਜਿਹੜੇ ਬੰਦਿਆਂ ਨੇ ਆਪਣੇ ਪੁਰਾਣੇ ਵਲੌਗ ਦੇਖੇ ਆ, ਉਹਨਾਂ ਨੂੰ ਤਾਂ ਇਹ ਚੀਜ਼ ਦਾ ਪਤਾ ਹੀ ਆ ਵੀ ਆਪਾਂ ਆਹ ਤਾਰ ਲਾਈ ਦੀ ਆ ਟਰੱਕ ਨੂੰ, ਹੈ ਨਾ, ਇਹ ਹੁੰਦੀ ਆ ਇੰਜਣ ਓਇਲ, ਮਤਲਬ ਗਰਮ ਕਰਨ ਵਾਸਤੇ ਹੁੰਦੀ ਆ ਇੰਜਣ। ਅਤੇ ਜਿਵੇਂ ਇਹਦਾ ਕੀ ਹੁੰਦਾ ਬਾਈ ਜੀ, ਜਿੱਥੇ ਵੀ ਆਪਾਂ ਪਾਰਕ ਕਰਦੇ ਹਾਂ ਨਾ, ਮਤਲਬ ਵਿਨੀ ਪੈਗ 'ਚ ਤਾਂ ਇਹ ਚੀਜ਼ ਹੈਗੀ ਹੋਈ ਆ ਜ਼ਿਆਦਾਤਰ, ਵੀ ਜਿੱਥੇ ਵੀ ਆਪਣੀ ਟਰੱਕਾਂ ਦੀ ਪਾਰਕਿੰਗ ਹੁੰਦੀ ਆ, ਉਹਦੇ ਮਗਰ ਨਾ ਆਹ ਚੀਜ਼ ਲੱਗੀ ਹੁੰਦੀ ਆ, ਮਤਲਬ ਬਿਜਲੀ ਵਾਲਾ ਬੋਕਸ, ਆਹ
ਹਨਾ ਤੇ ਇਹ ਤੋਂ ਆਪਾਂ ਤਾਰ ਲਾ ਕੇ ਤੇ ਉਹਨੂੰ ਇੰਜਣ ਨੂੰ ਲਾ ਦੇਈਦੀ ਆ ਟਰੱਕ ਨੂੰ ਤੇਰੀ ਇੰਜਣ ਨੂੰ ਲਾ ਦੇਈਦੀ ਆ ਵੀ ਇੰਜਣ ਆਇਲ ਗਰਮ ਰਹੇ ਹਨਾ ਤੇ ਹੁਣ ਆਪਾਂ ਨੂੰ ਸਟਾਰਟ ਕਰਕੇ ਦੇਖਦੇ ਹਾਂ ਹੋਰਾਂ ਸਿਟੀਆਂ 'ਚ ਵੀ ਹੁੰਦੇ ਹੋਣਗੇ ਪਰ ਵਿਨੀਪੈਗ 'ਚ ਤਾਂ ਮੈਂ ਜ਼ਿਆਦਾ ਹੀ ਦੇਖਿਆ ਕਿਉਂਕਿ ਇੱਥੇ ਠੰਡ ਬਾਹਲੀ ਹੁੰਦੀ ਆ ਅਤੇ ਗੱਡੀਆਂ 'ਤੇ ਵੀ ਇਹੀ ਚੀਜ਼ ਆ ਬਾਈ ਜੀ ਆ ਦੇਖੋ ਗੱਡੀ 'ਤੇ ਇੱਥੇ ਲੱਗ ਜਾਂਦਾ ਜਾਣੀ ਇਹਦੇ 'ਚ ਫੁੱਲ ਜਾ ਇਹਦੇ 'ਚ ਇਹਦੇ ਇਹਦੇ ਵਿੱਚ ਜਦੋਂ ਆਪਾਂ ਇਹਦੇ ਵਿੱਚ ਲਾ ਦਿੰਦੇ ਹਾਂ ਫਿਰ ਗੱਡੀ ਦਾ ਵੀ ਇੰਜਣ ਨਾਲ ਗਰਮ ਰਹਿੰਦਾ ਵਾ ਹਨਾ ਅਤੇ ਹੁਣ ਆਪਾਂ ਟਰੱਕ ਸਟਾਰਟ ਕਰਕੇ ਦੇਖਦੇ ਹਾਂ ਬਾਈ ਜੀ ਚਾਬੀ ਕਿੱਧਰ ਗਈ ਹੈਗੀ ਹੈਗੀ ਬਾਈ ਜੀ ਹੁਣ ਆਪਾਂ ਤਾਰ ਇਕੱਠੀ ਕਰ ਲਈਏ ਬਾਈ ਜੀ ਰੋਟੀ ਚੱਕ ਲਈਏ ਬਾਈ ਜੀ ਟਰੱਕ ਆਪਣਾ ਸਟਾਰਟ ਹੋ ਗਿਆ ਹੈ ਰੋਟੀ ਚੱਕ ਲਈਏ ਸੁੰਨ ਹੋ ਗਏ ਓਏ ਹੈਲੋ ਹਾਂਜੀ ਵੀਰੇ ਮੈਂ ਕਿਹਾ ਤੁਹਾਡੇ ਕੋਲ ਤਾਰਾਂ ਹੈਗੀਆਂ ਲੰਮੀਆਂ ਤਾਰਾਂ ਹੀ ਨਹੀਂ ਆਉਂਦੀਆਂ ਨਾਲ ਨਾ ਗੱਡੀਆਂ ਖੜੀਆਂ ਯਾਰ ਉੱਥੇ ਓਕੇ ਜੰਪ ਲੀਡਾਂ ਤਾਂ ਹੈਗੀਆਂ ਬਾਈ ਮਤਲਬ ਟਰੱਕ ਤੋਂ ਟਰੱਕ ਤੱਕ ਪਹੁੰਚ ਜਾਣਗੀਆਂ ਉਹ ਟਰੱਕ ਤੋਂ ਟਰੱਕ ਤੱਕ ਨਹੀਂ ਨਹੀਂ ਉਹਨਾਂ ਨਾਲ ਗੱਡੀਆਂ ਖੜੀਆਂ ਟਰੱਕ ਥੋੜ੍ਹਾ ਪਿੱਛੇ ਜਿਹੇ ਲੱਗਿਆ ਵਾ ਉਹ ਤਾਂ ਚੱਕਰ ਪੈਂਦਾ ਤੂੰ ਜੰਪ ਲੀਡ ਤਾਂ ਮੇਰੇ ਕੋਲ ਵੀ ਹੈਗੀ ਸੀਗੀ ਤੁਸੀਂ ਇਕੱਲੀ ਰੋਟੀ ਚੱਕ ਕੇ ਆਏ ਨਾ ਜਾਂ ਕਿੰਨਾ ਟਾਈਮ ਲੱਗਣਾ ਤੁਹਾਨੂੰ ਨਾ ਨਾ ਮੈਂ ਬਸ ਰੋਟੀ ਚੱਕਣੀ ਬਾਈ ਕਿਸੇ ਵਾਰੀ ਪਹੁੰਚ ਗਿਆ ਮੈਂ 5 ਮਿੰਟਾਂ 'ਚ ਚੱਕ ਕੇ ਅਤੇ ਬਸ ਤੁਹਾਡੇ ਕੋਲ ਆ ਜਾਂਦਾ ਮੈਂ ਥੋੜ੍ਹੇ ਟਾਈਮ ਤੱਕ ਚੱਲ ਫਿਰ ਮੈਂ ਇੱਥੇ ਵੇਟ ਕਰਦਾ ਤੁਸੀਂ ਵੀਰੇ ਠੀਕ ਹੈ ਜੀ ਮੈਂ ਬਾਅਦ 'ਚ ਚੱਲ ਮੈਂ ਬਾਅਦ 'ਚ ਆ ਜਾਊਂਗਾ ਤੁਸੀਂ ਭਾਈ ਤੁਰਨਾ ਨਾ ਕਰ ਦਿਓ ਓਕੇ ਬਾਈ ਮੈਂ ਰੋਟੀ ਚੱਕ ਕੇ ਆ ਗਿਆ ਵਾ ਹਾਂਜੀ ਹਾਂਜੀ ਕੋਈ ਨਹੀਂ ਓਕੇ ਓਕੇ ਉਹੀ ਚੱਕਰ ਪੈ ਗਿਆ ਬਾਈ ਜੀ ਆਪਣੇ ਵਾਲਾ ਤਾਂ ਟਰੱਕ ਸਟਾਰਟ ਹੋ ਗਿਆ ਇੱਕ ਹੋਰ ਬਾਈ ਜਿੰਦਰ ਆ ਬਾਈ ਦਾ ਨਾਮ ਮੈਂ ਅਸੀਂ ਇਕੱਠੇ ਹੀ ਇੱਕੋ ਕੰਪਨੀ 'ਚ ਕੰਮ ਕਰਦੇ ਹਾਂ ਹੁਣ ਅਤੇ ਬਾਈ ਵਾਲਾ ਟਰੱਕ ਸਟਾਰਟ ਨਹੀਂ ਹੋਇਆ ਹੁਣ ਬਾਈ ਨੇ ਜੰਪ ਲੀਡਾਂ ਲਾ ਕੇ ਸਟਾਰਟ ਕਰਨਾ ਸੀਗਾ ਟਰੱਕ ਹੁੰਦਾ ਕੀ ਆ ਬਾਈ ਜੀ ਇੱਕ ਤਾਂ ਇੰਜਣ ਨਾਲ ਜੰਮ ਜਾਂਦਾ ਨਾ ਇੰਜਣ ਠੰਡ ਬਾਹਲੀ ਹੁੰਦੀ ਕਰਕੇ ਅਤੇ ਇੱਕ ਬੈਟਰੀਆਂ ਵੀ ਕਹਿ ਸਕਦੇ ਜੰਮ ਹੀ ਜਾਂਦੀਆਂ ਕਹਿ ਸਕਦੀਆਂ ਵੀ ਪਾਵਰ ਨਹੀਂ ਰਹਿੰਦੀ ਬੈਟਰੀਆਂ 'ਚ ਠੰਡ ਕਰਕੇ ਅਤੇ ਹੁਣ ਆਪਾਂ ਬਾਈ ਦਾ ਟਰੱਕ ਸੈਲਫ ਮਤਲਬ ਜਿਹੜੀ ਬੈਟਰੀਆਂ ਵਾ ਸੈਲਫ ਨੂੰ ਘੁਮਾ ਰਹੀਆਂ ਪਰ ਉਹ ਹੌਲੀ 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 ਬਾਈ ਕਹਿੰਦਾ ਘੁਮਾ ਰਹੀਆਂ ਅਤੇ ਹੁਣ ਉਹ ਜੰਪ ਲੀਡਾਂ ਲਾ ਕੇ ਬੈਟਰੀਆਂ ਨੂੰ ਪਾਵਰ ਦੇਵਾਂਗੇ ਹੋਰ ਆਪਾਂ ਅਤੇ ਸਟਾਰਟ ਕਰਾਂਗੇ ਬਾਈ ਹੁਣ ਟਰਾਈ ਕਰਦਾ ਵਾ ਬਾਈ ਦੇ ਕੋਲ ਜੰਪ ਲੀਡਾਂ ਛੋਟੀਆਂ ਪੂਰੀਆਂ ਨਹੀਂ ਗਈਆਂ ਅਤੇ ਹੁਣ ਆਪਾਂ ਚੱਲਦੇ ਹਾਂ ਰੋਟੀ ਚੱਕ ਕੇ ਅਤੇ ਬਾਈ ਦਾ ਟਰੱਕ ਸਟਾਰਟ ਕਰਾਉਂਦੇ ਹਾਂ ਅਤੇ ਫਿਰ ਆਪਾਂ ਨਿਕਲਾਂਗੇ ਬਾਈ ਇਹ ਵਿੰਟਰ ਦੇ ਪੰਗੇ ਆ ਬਾਈ ਜੀ ਇਹ ਪੰਗੇ ਪੈ ਜਾਂਦੇ ਆ ਵਿੰਟਰ ਇਹਦਾ ਕੈਮਰਾ ਡਿੱਗ ਪੈਂਦਾ ਯਾਰ ਇਹ ਗੱਲ ਗਲਤ ਹੈ ਆਹ ਦੇਖ ਲਓ ਬਾਈ ਜੀ ਲੇਕ ਹੈ ਨਾ ਪਾਣੀ ਹੁੰਦਾ ਇੱਥੇ ਸਾਰਾ ਆਹ ਜਿਹੜਾ ਤੁਸੀਂ ਦੇਖ ਰਹੇ ਹੋ ਪਿੱਛੇ ਉਹ ਦੇਖੋ ਸਾਰੀ ਜੰਮੀ ਪਈ ਆ ਚਲੋ ਠੰਡ ਹੈ ਤਾਂ ਠੰਡ ਹੈ ਕੀ ਕਰ ਸਕਦੇ ਹਾਂ ਬਾਈ ਦਾ ਟਰੱਕ ਸਟਾਰਟ ਹੋ ਜਾਏ ਯਾਰ ਟਾਈਮ ਨਾਲ ਨਿਕਲ ਜਾਈਏ ਚਲੋ ਬਾਈ ਜੀ ਦੇਖਦੇ ਹਾਂ ਕੀ ਬਣਦਾ ਟਰੈਕਿੰਗ ਹੈ ਬਾਈ ਜੀ ਟਰੈਕਿੰਗ 'ਚ ਪਲੈਨ ਜੋ ਕੀਤਾ ਹੁੰਦਾ ਸਾਰਾ ਕੁਛ ਉਸ ਹਿਸਾਬ ਨਾਲ ਨਹੀਂ ਚੱਲਦਾ ਪਤਾ ਹੀ ਨਹੀਂ ਕੀ ਕੁਛ ਹੋਈ ਜਾਣਾ ਰਾਹ 'ਚ ਤੁਹਾਡੇ ਨਾਲ ਆਇਆ ਹੈ ਆਮਲੇਟ ਤਾਂ ਘਰ ਆਇਆ ਬਾਈ ਜੀ ਬਾਈ ਜੀ ਆਹ ਖੜਾ ਟਰੱਕ ਜਿੰਦਰ ਬਾਈ ਟੱਕਰਾਂ ਮਾਰੀ ਜਾਂਦਾ ਕਿਹੜੇ ਬਾਬੇ ਦਾ ਨਾਮ ਲੈਣਾ ਸਾਰੀ ਆ ਬਾਬਾ ਨਾਨਕ ਵਾਹਿਗੁਰੂ ਨਹੀਂ ਟਰੱਕ ਲੈ ਗਿਆ ਵਾ ਟਰੱਕ ਲੈ ਗਿਆ ਵਾ ਕਿਉਂਕਿ ਟਰੱਕ ਤੋਂ ਤਾਂ ਸਿੱਧਾ ਕਰੰਟ ਨੂੰ ਵੱਧ ਹੀ ਮਿਲ ਜੂ ਮੈਨੂੰ ਲੱਗਦਾ ਹੋ ਸਕਦਾ ਯਾ ਇਹ ਵੀ ਆ ਬਾਈ ਜੀ ਸਾਨੂੰ ਤਾਂ ਲੱਗਿਆ ਸੀਗਾ ਵੀ ਗੱਡੀ ਨਾਲ ਲਾ ਕੇ ਥੋੜ੍ਹਾ ਟਾਈਮ ਜੇ 15 ਕੁ ਮਿੰਟ ਖੜ੍ਹੇ ਰਹੀਏ ਨਾ ਵੀ ਸ਼ਾਇਦ ਟਰੱਕ ਸਟਾਰਟ ਹੋ ਜਾਵੇ ਵੀ ਗੱਡੀ ਤੋਂ ਜੰਪ ਲੀਡਾਂ ਲਾ ਦਈਏ ਟਰੱਕ ਨੂੰ ਪਰ ਗੱਲ ਬਣੀ ਨਹੀਂ
ਹੁਣ ਆਪਾਂ ਆਪਣੇ ਵਾਲਾ ਟਰੱਕ ਲੈ ਕੇ ਚੱਲਦੇ ਹਾਂ ਅਤੇ ਇਹਦੇ ਤੋਂ ਲਾਉਣੇ ਹਾਂ ਜੰਪ ਲੀਡਾਂ ਬਾਈ ਦੇ ਟਰੱਕ ਨੂੰ ਅਤੇ ਫਿਰ ਦੇਖਦੇ ਹਾਂ ਜੇ ਸਟਾਰਟ ਹੋ ਜਾਵੇ ਤਾਂ ਇਹਦੇ ਨਾਲ ਤਾਂ ਹੋ ਹੀ ਜਾਣਾ ਚਾਹੀਦਾ। ਟਰੱਕ ਧੂੰਆਂ ਦੇਖੋ ਬਾਈ ਜੀ ਚਿੱਟਾ ਚਿੱਟਾ ਕਿਵੇਂ ਮਾਰਦਾ ਵੇ। ਇੱਕ ਟਰੱਕ ਗੰਦਾ ਵੀ ਬਹੁਤ ਆ ਬਾਈ ਜੀ, ਆਪਾਂ ਐਤਕੀ ਟਰੱਕ ਵੀ ਧਵਾ ਦੇਣਾ ਜਾ ਕੇ ਉੱਧਰ ਵੇਕਣ ਵਾਲਿਆਂ ਤੋਂ। ਚਲੋ ਸਮਾਨ ਰੱਖੀਏ ਬਾਈ ਜੀ ਟਰੱਕ 'ਚ ਅਤੇ ਚੱਲੀਏ ਬਾਈ ਦਾ ਟਰੱਕ ਸਟਾਰਟ ਕਰਾ ਕੇ। ਚੈਸਟ ਦੁਖੀ ਜਾਂਦੀ ਹੈ ਬਾਈ ਜੀ, ਪਰਸੋਂ ਜਿਮ ਲਾਈ ਸੀ। ਬਾਈ ਜੀ ਚੱਕਰ ਇੱਕ ਹੋਰ ਪੈ ਗਿਆ, ਬਾਈ ਦਾ ਟਰੱਕ ਸਟਾਰਟ ਹੋ ਨਹੀਂ ਰਿਹਾ, ਆਪਣੇ ਟਰੱਕ ਨਾਲ ਵੀ ਜੰਪਰ ਕੇਬਲਾਂ ਲਾ ਕੇ ਦੇਖ ਲਗਾ। ਅਤੇ ਹੋਰ ਚੱਕਰ ਜਿਹੜਾ ਪਿਆ ਉਹ ਇਹ ਆ ਬਾਈ ਜੀ ਕਿ ਆਪਣੇ ਟਰੱਕ ਦਾ ਵੀ ਇੱਕ ਟਾਇਰ ਫਲੈਟ ਹੋਇਆ ਪਿਆ। ਬਾਈ ਜੀ ਆਪਾਂ ਬਾਈ ਦੇ ਟਰੱਕ ਤੋਂ ਤਾਰਾਂ ਲਾ ਕੇ ਦੇਖ ਲਈਆਂ ਸੀਗੀਆਂ, ਹੈ ਨਾ ਜੰਪ ਲੀਡਾਂ, ਸੋਰੀ ਆਪਣੇ ਟਰੱਕ ਤੋਂ ਬਾਈ ਦੇ ਟਰੱਕ ਨੂੰ ਜੰਪ ਲੀਡਾਂ ਲਾ ਕੇ ਦੇਖ ਲਈਆਂ ਸੀਗੀਆਂ, ਹੈ ਨਾ ਪਰ ਟਰੱਕ ਸਟਾਰਟ ਹੋਇਆ ਨਹੀਂ ਬਾਈ ਵਾਲਾ, ਕਿਉਂਕਿ ਉਹਦੀਆਂ ਬੈਟਰੀਆਂ ਮੂਟਰੀਆਂ ਸੌਂ ਗਈਆਂ, ਪਤਾ ਨਹੀਂ ਕੀ ਹੋਇਆ। ਅਤੇ ਆਪਾਂ ਤੁਰਨ ਲੱਗੇ ਸੀਗੇ ਹੁਣ ਬਾਈ ਜੀ, ਅਤੇ ਆਪਣੇ ਵੀ ਚੱਕਰ ਪੈ ਗਿਆ ਟਰੱਕ ਦਾ, ਆਪਣੇ ਵਾਲੇ ਟਰੱਕ ਦਾ ਟਾਇਰ ਫਲੈਟ ਆ। ਆਹ ਦੇਖੋ ਆਹ ਦੇਖੋ, ਅਤੇ ਹੁਣ ਕੀ ਕਰ ਰਹੇ ਹਾਂ ਵੀ ਆਪਾਂ ਟ੍ਰੇਲਰ ਛੱਡਤਾ ਵਾ ਇੱਥੇ, ਅਤੇ ਆਪਣੇ ਨਾਲ ਹੀ ਸ਼ੋਪ ਆ ਇੱਥੇ ਟਾਇਰਾਂ ਵਾਲੀ, ਉਹ ਬਾਈ ਨੂੰ ਮੈਂ ਕਹਿਦਾ ਵਾ ਵੀ ਬਾਈ ਟਰੱਕ ਜਦੋਂ ਵੀ ਫਲੈਟ ਲੱਗ ਗਿਆ ਹੈ ਨਾ ਪਹਿਲਾਂ ਤਾਂ ਮੈਂ ਗੱਡੀ 'ਚ ਪਾਵਾਂ ਯਾਰ, ਮੈਨੂੰ ਤਾਂ ਗੱਲਬਾਤ ਜਮਾਂ ਹੀ ਨਹੀਂ ਹੋ ਰਹੀ। ਗੱਡੀ ਦਾ ਵੀ ਚੱਕਰ ਆ ਬਾਈ ਜੀ, ਟ੍ਰੇਲਰ ਬਾਈ ਹੁਣ ਆਪਾਂ ਛੱਡਤਾ, ਮਤਲਬ ਲੈਂਡਿੰਗ ਗੇਅਰ ਇੱਥੇ ਛੱਡ ਕੇ ਅਤੇ ਟਰੱਕ ਕੱਢਤਾ ਵਾ। ਆਹ ਸ਼ੋਪ ਆ ਇੱਥੇ ਟਾਇਰਾਂ ਦੀ, ਅਤੇ ਬਾਈ ਹਜੇ ਆਹ ਟਰੱਕ ਦਾ ਕੰਮ ਕਰ ਰਹੇ ਆ, ਇਦੂ ਬਾਅਦ 'ਚੋਂ ਇੱਕ ਟਰੱਕ ਦਾ ਕੰਮ ਹੋਰ ਕਰਨਾ ਇਹਨਾਂ ਨੇ, ਉਦੋਂ ਬਾਅਦ 'ਚੋਂ ਆਪਣੀ ਬਾਈ ਆਊਗੀ, ਮਤਲਬ ਦੋ ਤੋਂ ਢਾਈ ਘੰਟੇ ਕਿਤੇ ਨਹੀਂ ਗਏ ਆਪਾਂ ਨੂੰ ਲੱਗ ਜਾਣੇ ਆ। ਅਤੇ ਮੈਂ ਤਾਂ ਨਿਕਲਣ ਲੱਗਿਆ ਸੀਗਾ ਪਰ ਹੁਣ ਆਪਾਂ ਨੂੰ ਇੱਥੇ ਟਾਈਮ ਬਹੁਤ ਲੱਗਣਾ ਬਾਈ ਜੀ, ਅਤੇ ਆਪਾਂ ਟਰੱਕ ਇੱਥੇ ਛੱਡ ਕੇ ਘਰੇ ਚੱਲਦੇ ਹਾਂ, ਕਿਉਂਕਿ ਇੱਥੇ ਮੈਂ ਤਾਂ ਕੋਈ ਫਾਇਦਾ ਨਹੀਂ। ਅਤੇ ਚੱਕਰ ਇੱਕ ਹੋਰ ਪਾ ਲਿਆ ਮੈਂ ਤਾਂ ਆਪਦੇ ਜਾਣੀ ਛੱਡਤਾ ਵੀ, ਚੱਲ ਥੋੜ੍ਹਾ ਟਾਈਮ ਲੱਗੂਗਾ ਨਾ ਟ੍ਰੇਲਰ ਮੈਂ ਮਗਰ ਕਰਕੇ ਛੱਡਤਾ ਗੱਡੀ ਗਾਂਹ ਕਰਕੇ, ਅਤੇ ਹੁਣ ਬਾਈ ਕਹਿੰਦਾ ਟਾਈਮ ਬਹੁਤ ਲੱਗ ਜਾਣਾ ਅਤੇ ਆਪਾਂ ਜਾਣਾ ਘਰੇ, ਤਾਂ ਕਰਕੇ ਹੁਣ ਗੱਡੀ ਆਪਾਂ ਨੂੰ ਹੌਲੀ ਗਾਂਹ ਪਛਾਂ ਜੇ ਕਰਕੇ ਇੱਥੋਂ ਕੱਢ ਕੇ ਫਿਰ ਆਪਾਂ ਘਰੇ ਚੱਲਦੇ ਹਾਂ ਬਾਈ ਜੀ। ਅਤੇ ਬਹੁਤ ਠੰਡ ਆ ਬਾਈ ਜੀ, ਬੁਰਾ ਹੀ ਹਾਲ ਆ, ਚੱਕਰ ਪੈ ਗਿਆ। ਮੈਂ ਤਾਂ ਇਹ ਸੀਗਾ ਵੀ ਚਲੋ ਨਿਕਲ ਗਏ ਟਾਈਮ ਨਾਲ, ਪਰ ਅੱਜ ਬਣੀ ਗੱਲ ਆਪਣੀ, ਹਜੇ ਦੇਖੋ 2-3 ਘੰਟੇ ਤੱਕ ਠੀਕ ਹੋ ਗਿਆ ਅਤੇ ਫਿਰ ਜਾਵਾਂਗੇ। ਹੁਣ ਆਪਾਂ ਚੱਲਦੇ ਹਾਂ ਬਾਈ ਜੀ ਘਰਾਂ ਨੂੰ। ਚਲੋ ਬਾਈ ਜੀ ਆਪਾਂ ਤੁਹਾਨੂੰ ਮਿਲਦੇ ਹਾਂ ਹੁਣ ਅਗਲੇ ਵਲੋਗ 'ਚ, ਮੈਂ ਫੋਨ 'ਤੇ ਵਲੋਗ ਬਣਾ ਰਿਹਾ ਕਿਉਂਕਿ ਗੋਪਰੋ ਵੀ ਬੰਦ ਹੋ ਗਿਆ ਠੰਡ 'ਚ ਚੱਲਿਆ ਨਹੀਂ। ਚਲੋ ਓਕੇ ਬਾਈ ਜੀ, ਮਿਲਦੇ ਹਾਂ ਅਗਲੇ 'ਚ।